ਸਤਨਾਮ ਸ੍ਰੀ ਵਾਹਿਗੁਰੂ ਜੀਓ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸ਼ਰਣ ਜੋਗ ਦਿਆਲੈ ਦੀਨਾਨਾਥ ਮਾਇਆ ਕਰੋ, ਸਰੀਰ ਸਵਸਥ ਖੀਣ ਸਮੈਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨਾਗਤ ਸਤਿਗੁਰ ਪਾਤਸ਼ਾਹ ਦੀ ਹਜ਼ੂਰੀ, ਮਹਾਂਪੁਰਖਾਂ ਦਾ ਇਹ ਪਾਵਨ ਤਪ ਸਥਾਨ ਜਿੱਥੇ ਹਰ ਸਾਲ ਅਤਿ ਸਤਿਕਾਰਯੋਗ ਮੌਜੂਦਾ ਮਹਾਂਪੁਰਖ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ, ਸੰਤ ਬਾਬਾ ਅਜੀਤ ਸਿੰਘ ਜੀ, ਹੋਰ ਆਪ ਬਹੁਤ ਸਾਰੇ ਹਿਤੋ ਸੱਜਣ ਸੇਵਾਦਾਰ ਵੀਰ ਵੱਡੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਇਹ ਯੱਗ ਸਮਾਗਮ ਜੋ ਕਿ ਹਰ ਸਾਲ ਕਰਦੇ ਹੋ, ਇਸ ਦੇ ਤਹਿਤ ਅੱਜ ਦੂਜੇ ਦਿਨ ਦੇ ਅੰਮ੍ਰਿਤ ਵੇਲੇ ਦੇ ਚੱਲੇ ਲੜੀਵਾਰ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਹੋ ਤੋ ਵਡਭਾਗੀ ਹੋ, ਧੰਨਤਾ ਦੇ ਯੋਗ ਹੋ। ਦਾਸ ਨੂੰ ਸੁਤੇ ਚਿੱਤ ਇੱਕ ਬਾਬਾ ਫਰੀਦ ਜੀ ਦਾ ਸਲੋਕ ਚੇਤੇ ਆਇਆ ਹੈ। ਦਾਸ ਉਸ ਸਲੋਕ ਨੂੰ ਆਧਾਰ ਬਣਾ ਕੇ ਆਪ ਗੁਰੂ ਰੂਪ ਸੰਗਤ ਦੇ ਨਜ਼ਰ ਗੁਰਬਾਣੀ ਦੀ ਵਿਚਾਰ ਅਰਜ਼ ਕਰੇ। ਤੋ ਆਓ, ਬਾਬਾ ਫਰੀਦ ਜੀ ਦਾ ਪਾਵਨ ਸਲੋਕ ਹੈ, ਫਰੀਦਾ ਦਿਲ ਰਤਾ ਇਸ ਦੁਨੀ ਸਿਓਂ, ਦੁਨੀ ਨ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ। ਫਕੀਰਾਂ ਦੀ ਮਿਸਲ, ਇੰਜ ਕਹਿ ਲਓ ਫਕੀਰਾਂ ਦਾ ਰਾਹ। ਬਾਬਾ ਫਰੀਦ ਜੀ ਕਹਿੰਦੇ ਨੇ ਪਾਈਏ ਪੂਰ ਕਰਮ, ਰੱਬ ਦੀ ਪੂਰੀ ਕਿਰਪਾ ਹੋਏ, ਰੱਬ ਦੀ ਪੂਰੀ ਮਿਹਰ ਹੋਵੇ, ਅਤੇ ਫਿਰ ਹੀ ਸੰਤ ਦੇ ਮਾਰਗ 'ਤੇ ਫਕੀਰੀ ਦੇ ਰਸਤੇ 'ਤੇ ਤੁਰਿਆ ਜਾਂਦਾ ਹੈ। ਸਾਡੇ ਕੋਲ ਸਿੱਖ ਇਤਿਹਾਸ ਵਿੱਚ ਐਸੀਆਂ ਬਹੁਤ ਸਾਰੀਆਂ ਪਾਵਨ ਮਿਸਾਲਾਂ ਹਨ ਜਿਨ੍ਹਾਂ ਵਿੱਚ ਸਾਫ ਦ੍ਰਿਸ਼ਟੀਗੋਚਰ ਹੁੰਦਾ ਹੈ, ਸਤਿਗੁਰ ਸਾਹਿਬਾਨਾਂ ਨੇ ਮੁੱਢ ਤੋਂ, ਜੈਸੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਨੂੰ ਸਮਰਪਿਤ ਹੋਣ ਵਾਸਤੇ ਚਾਰ ਉਦਾਸੀਆਂ ਕੀਤੀਆਂ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਉਦਾਸੀਆਂ ਵਿੱਚ ਨਾਲ ਸਾਥ ਰਹੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ, ਫਿਰ ਅੱਗੇ ਚੱਲ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਸਨ ਉੱਥੇ ਸੰਗਤਾਂ ਸਥਾਪਿਤ ਕਰਕੇ ਆਏ ਸਨ, ਔਰ ਉਹ ਸੰਗਤਾਂ ਸਤਿਗੁਰ ਦੇ ਹੁਕਮਨਾਮੇ ਦੀਆਂ ਬੱਝੀਆਂ ਸਤਿਗੁਰ ਸਾਹਿਬਾਨਾਂ ਕੋਲ, ਪਹਿਲੀ ਪਾਤਸ਼ਾਹੀ ਕੋਲ, ਦੂਜੀ ਪਾਤਸ਼ਾਹੀ ਕੋਲ ਸਮੇਂ ਸਮੇਂ ਅਨੁਸਾਰ ਆਉਂਦੀਆਂ ਸਨ। ਇਸੇ ਹੀ ਲੜੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਗੁਰਮਤਿ ਪ੍ਰਚਾਰ ਦੀ ਪਵਿੱਤਰ ਲਹਿਰ ਚਲਾਈ, ਜਿਸ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ, ਅੱਗੇ ਚੱਲ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਇਹਨਾਂ 22 ਮੰਜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਜਿੱਥੇ ਜਿੱਥੇ ਸਨ ਉੱਥੇ ਉੱਥੇ ਦੀਆਂ ਸੰਗਤਾਂ ਨੂੰ ਸਤਿਗੁਰੂ ਆਪਣੇ ਸਮੇਂ ਵਿੱਚ ਪ੍ਰਚਾਰਕ ਸਿੱਖ ਭੇਜਦੇ ਸਨ। ਉਹ ਜਾਂਦੇ ਸਨ, ਸਤਿਗੁਰ ਦੀ ਕਾਰ ਭੇਟਾ ਵੀ ਲਿਆਉਂਦੇ ਸਨ, ਗੁਰੂ ਸਾਹਿਬਾਂ ਦੇ ਦੀਦਾਰ ਨੂੰ, ਸਤਿਗੁਰ ਦੇ ਸਥਾਨਾਂ 'ਤੇ ਆਉਂਦੇ ਵੀ ਸਨ, ਸੇਵਾਵਾਂ ਦਾ ਦੌਰ ਚੱਲਦਾ ਸੀ। ਅੱਗੇ ਚੱਲ ਕੇ ਇਸੇ ਲੜੀ ਵਿੱਚ ਮਸੰਦ ਪ੍ਰਥਾ ਦੀ ਸਥਾਪਨਾ ਵੀ ਹੋਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੇਲੇ। ਤਾਂ ਗੁਰਮਤਿ ਪ੍ਰਚਾਰ ਨੂੰ ਪੱਕੇ ਪੈਰੀਂ ਚਲਾਉਣ ਵਾਸਤੇ ਇਹ ਫਕੀਰਾਂ ਦਾ ਮਾਰਗ, ਯਾਨੀ ਕਿ ਪਰਮੇਸ਼ੁਰ ਪਰਾਇਣ ਹੋਣ ਵਾਸਤੇ ਸੰਤਾਂ ਦਾ ਮਾਰਗ ਗੁਰੂ ਸਾਹਿਬ ਜੀ ਵੱਲੋਂ ਪ੍ਰਗਟ ਕੀਤਾ ਗਿਆ। ਤੋ ਆਓ ਇਸੇ ਹੀ ਲੜੀ ਦੇ ਵਿੱਚ ਲੰਬਾ ਸਮਾਂ ਦਾਸ ਚਲੋ ਜ਼ਿਆਦਾ ਨਾ ਲੈਂਦੇ ਹੋਏ ਇਸ਼ਾਰਤਨ ਗੱਲ ਕਰੇ। ਅਤਿ ਸਤਿਕਾਰਯੋਗ ਭਾਈ ਘਨੱਈਆ ਜੀ, ਜੋ ਕਿ ਜਿਨ੍ਹਾਂ ਦੇ ਬਾਰੇ ਇਤਿਹਾਸ 'ਚ ਜ਼ਿਕਰ ਆਉਂਦਾ, ਪਾਕਿਸਤਾਨ ਦੇ ਵਿੱਚ ਨੂਰਪੁਰ ਥੱਲ ਕਹਿਵਾ ਪਿੰਡ ਦੇ ਰਹਿਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਆਏ, ਸਤਿਗੁਰ ਦੀਆਂ ਖੁਸ਼ੀਆਂ ਅਤੇ ਅਸੀਸਾਂ ਮਿਲੀਆਂ। ਇਤਿਹਾਸ ਇਹ ਕਹਿੰਦਾ ਹੈ ਭਾਈ ਘਨੱਈਆ ਜੀ ਨੇ ਬੜੀ ਅਣਥੱਕ ਸੇਵਾ ਕੀਤੀ ਹੈ ਸਤਿਗੁਰ ਦੇ ਤਬੇਲੇ ਦੇ ਵਿੱਚ, ਯਾਨੀ ਕਿ ਘੋੜਿਆਂ ਦੀ ਲਿੱਦ ਤੱਕ ਚੁੱਕਣੀ, ਸਫਾਈ ਕਰਨੀ, ਹਰ ਤਰ੍ਹਾਂ ਦੀ ਸੇਵਾ ਨੂੰ ਤਤਪਰ ਰਹਿਣਾ। ਅੱਗੇ ਚੱਲ ਕੇ ਭਾਈ ਘਨੱਈਆ ਜੀ ਦਾ ਉਹ ਸਮਾਂ ਵੀ ਰਿਹਾ ਮੈਦਾਨੇ ਜੰਗ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਘਾਇਲਾਂ ਨੂੰ, ਜ਼ਖਮੀ ਬੰਦਿਆਂ ਨੂੰ ਪਾਣੀ ਪਿਲਾਉਣਾ। ਅਤੇ ਆਪ ਜੀ ਇਹ ਇਤਿਹਾਸ ਨੂੰ ਕਈ ਵਾਰੀ ਸੁਣ ਚੁੱਕੇ ਹੋ, ਸਤਿਗੁਰ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ, ਜਦੋਂ ਕੁਝ ਸਿੱਖਾਂ ਨੇ ਸ਼ਿਕਵੇ ਸ਼ਿਕਾਇਤ ਕੀਤੇ ਅਤੇ ਕਲਗੀਧਰ ਪਾਤਸ਼ਾਹ ਨੇ ਪੁੱਛ ਕੇ ਫਿਰ ਮਲਮ ਦੀ ਡੱਬੀ ਵੀ ਦੇ ਦਿੱਤੀ। ਇਹ ਮਲਮ ਦੀ ਡੱਬੀ ਨਾਲ ਇੱਕ ਐਸੀ ਸਮਦ੍ਰਿਸ਼ਟੀ ਵਿੱਚ, ਜਿਸ ਨੂੰ ਸੇਵਾ ਪੰਥ ਦੀ ਲਹਿਰ ਅਸੀਂ ਕਹਿੰਦੇ ਹਾਂ, ਇਹ ਸਤਿਗੁਰ ਪਾਤਸ਼ਾਹ ਤੋਂ ਆਰੰਭ ਹੋਈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ ਭਰੀਆਂ ਬਚਨਾਂ ਦੇ ਵਿੱਚੋਂ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਅੰਕਿਤ ਕੀਤੇ ਹਨ ਵੀ ਇਹ ਸੇਵਾ ਪੰਥੀ ਮਹਾਂਪੁਰਖ, ਜਿਵੇਂ ਕਿ ਆਰੰਭ ਤਾਂ ਭਾਈ ਘਨੱਈਆ ਜੀ ਤੋਂ ਹੋਈ ਹੈ,
ਇਹਨਾਂ ਦਾ ਪੰਥ ਪ੍ਰਕਾਸ਼ ਹੋਏਗਾ, ਯਾਨੀ ਇਹਨਾਂ ਦਾ ਮਤ ਪ੍ਰਚਾਰ ਹੋਏਗਾ, ਸੇਵਾ ਪੰਥੀ ਸਾਧੂਆਂ ਦੀ ਲਹਿਰ ਚੱਲੇਗੀ। ਅਸੀਂ ਦੇਖ ਰਹੇ ਹਾਂ ਕਲਗੀਧਰ ਪਾਤਸ਼ਾਹ ਦੇ ਪਾਵਨ ਬਚਨਾਂ ਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਵੀ ਕੀਤਾ ਹੈ। ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ, ਬਹੁ ਲੋਗਨ ਕੀ ਕੁਮਤ ਵਿਨਾਸ ਹੈ। ਵੀ ਇਹਨਾਂ ਦੀ ਸੇਵਾ ਨੂੰ ਤੱਕ ਕੇ, ਇਹਨਾਂ ਦੀ ਬੰਦਗੀ ਨੂੰ ਤੱਕ ਕੇ, ਇਹਨਾਂ ਦੇ ਇਸ ਤਰ੍ਹਾਂ ਦੇ ਪਰਉਪਕਾਰਾਂ ਨੂੰ ਤੱਕ ਕੇ ਜਗਤ ਨੂੰ ਸਿੱਖਿਆ ਮਿਲੇਗੀ, ਸੋਝੀ ਮਿਲੇਗੀ, ਗਿਆਨ ਦਾ ਚਾਨਣ ਫੈਲੇਗਾ। ਆਪ ਜੀ ਦੇ ਚਰਨਾਂ ਦਾਸ ਇਹ ਬੇਨਤੀ ਕਰੇ, ਜਦੋਂ ਅਬਦਾਲੀ ਨੇ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਹਨ, ਬਹੁਤ ਸਾਰਾ ਸਿੱਖ ਪੰਥ ਅਤੇ ਖਾਲਸਾ ਪੰਥ 'ਤੇ ਭੀੜਾ ਦਾ ਸਮਾਂ ਵੀ ਆਇਆ, ਦਰਬਾਰ ਸਾਹਿਬ ਦੀ ਪਵਿੱਤਰ ਮਰਿਆਦਾ ਨੂੰ ਬੜੀ ਠੇਸ ਪਹੁੰਚੀ। ਉਸ ਵੇਲੇ ਵੀ ਇਹ ਮਹਾਂਪੁਰਖ, ਮਰਜੀਵੜੇ ਮਹਾਂਪੁਰਖ, ਕਹਿੰਦੇ ਸਰੋਵਰ 'ਚ ਤਰ ਤਰ ਕੇ ਜਾਂਦੇ ਸਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੀ ਸੇਵਾ ਹਰ ਪੱਖੋਂ ਤਨਦੇਹੀ ਨਾਲ ਨਿਭਾਉਣੀ। ਤੋ ਆਓ, ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਇਹਨਾਂ ਮਹਾਂਪੁਰਖਾਂ ਨੇ ਜਿੱਥੇ ਪਰਉਪਕਾਰ ਕੀਤੇ ਨੇ, ਨਿਰੇ ਪਰਉਪਕਾਰ ਹੀ ਨਹੀਂ ਕੀਤੇ, ਵਿੱਦਿਆ ਦਾ ਚਾਨਣ ਵੀ ਇਹਨਾਂ ਮਹਾਂਪੁਰਖਾਂ ਕਰਕੇ ਫੈਲਿਆ। ਅਤੇ ਗੁਰਬਾਣੀ ਦਾ ਇਹ ਫੈਸਲਾ ਹੈ, ਕਹਿੰਦੇ ਵਿੱਦਿਆ ਦੇ ਚਾਨਣ ਨਾਲ, ਵਿੱਦਿਆ ਦੀ ਵਿਚਾਰ ਨਾਲ ਹੁੰਦਾ ਕੀ ਏ, ਮਨੁੱਖ ਦੀ ਜ਼ਮੀਰ ਯਾਨੀ ਸੁੱਤੀ ਚੇਤਨਾ ਆਤਮਾ ਅੰਦਰ ਜਾਗਦੀ ਹੈ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਦੀ ਵਿਚਾਰ ਨਾਲ ਜੀਵ ਵਿਵੇਕੀ ਹੋ ਜਾਂਦਾ ਹੈ, ਯਾਨੀ ਕਿ ਸੋਝੀਵਾਨ ਹੋ ਜਾਂਦਾ ਹੈ, ਅਤੇ ਉਹਦੇ ਅੰਦਰ ਸੁੱਤੀ ਚੇਤਨਾ ਜਾਗ ਜਾਂਦੀ ਹੈ। ਪਰਉਪਕਾਰ ਕਰਨ ਦਾ ਜਜ਼ਬਾ, ਸੇਵਾ ਸਿਮਰਨ ਦਾ ਜਜ਼ਬਾ, ਯਾਨੀ ਕਿ ਪਰਮਾਰਥ 'ਤੇ ਰਸਤੇ 'ਤੇ ਚੱਲਣ ਦਾ ਅੰਦਰ ਭਾਵਨਾ ਅਤੇ ਸ਼ਰਧਾ ਪੈਦਾ ਹੋ ਜਾਂਦੀ ਹੈ। ਦਾਸ ਕਈ ਵਾਰੀ ਇੱਥੇ ਵੀ ਮਹਾਂਪੁਰਖਾਂ ਦੇ ਚਰਨਾਂ 'ਚ ਹਾਜ਼ਰੀ ਭਰੀ, ਗਾਏ ਬਗਾਏ ਜਿੱਥੇ ਸੇਵਾ ਕਥਾ ਦੀ ਕਰੀਦੀ ਹੈ, ਕਿਤੇ ਮਨੁੱਖ ਆਪਣੇ ਜੀਵਨ ਦੀ ਪੜਚੋਲ ਕਰੇ। ਹਰ ਪ੍ਰਾਣੀ ਮਾਤਰ, ਹਰ ਇੱਕ ਸਿਆਣਾ ਮਨੁੱਖ ਆਪਣੇ ਜੀਵਨ ਦੀ ਪੜਚੋਲ ਕਰੇ ਅਤੇ ਆਪਣੇ ਆਪ ਨੂੰ ਪੁੱਛੇ, ਮੇਰੇ ਪਰਮਾਤਮਾ ਨੇ ਮੈਨੂੰ ਦੁਨੀਆ 'ਤੇ ਭੇਜਿਆ ਅਤੇ ਮੇਰਾ ਕੀ ਫਰਜ਼ ਹੈ, ਮੇਰੇ ਰੱਬ ਨੇ ਜੇ ਮੈਨੂੰ ਬਣਾਇਆ ਅਤੇ ਮੇਰੇ ਤੋਂ ਰੱਬ ਦੀ ਯਾਨੀ ਕੀ ਉਮੀਦ ਕਰਦਾ। ਦੇਖੋ, ਕਈ ਵਾਰੀ ਬੇਨਤੀ ਕੀਤੀ, ਗੁਰਬਾਣੀ ਕਹਿੰਦੀ ਏ ਪਰਮਾਤਮਾ ਨੇ ਦੁਨੀਆ 'ਤੇ ਜਿਤਨੇ ਵੀ ਇਨਸਾਨ ਬਣਾਏ ਹਨ ਉਹਨਾਂ ਨੂੰ ਆਪਣੀ ਜੋਤ ਵਿੱਚ ਏਕਾਕਾਰ ਕਰਨ ਵਾਸਤੇ, ਜਦੋਂ ਕੋਈ ਜੀਵ ਆਤਮਾ, ਕੋਈ ਵੀ ਇਨਸਾਨ ਬੰਦਗੀ ਕਰਦਾ ਅਤੇ ਬੰਦਗੀ ਕਰਦੇ ਕਰਦੇ ਉਹਦੀ ਰੂਹ ਇਤਨੀ ਪਵਿੱਤਰ ਹੋ ਜਾਂਦੀ ਹੈ, ਉਹ ਮਹਾਂਪੁਰਖ ਹੋ ਜਾਂਦਾ, ਸੰਤ ਹੋ ਜਾਂਦਾ। ਅਤੇ ਗੁਰਬਾਣੀ ਦਾ ਇਹ ਫੈਸਲਾ ਹੈ, ਸੰਤ ਹੇਤ ਪ੍ਰਭ ਤ੍ਰਿਭੁਵਨ ਧਾਰੇ ਆਤਮ ਚੀਨੇ ਸੋ ਤਤ ਵਿਚਾਰੇ। ਸੰਤ ਦੀ ਜੋਤ ਜੋ ਜੀਵਨ ਦੀ ਜੋਤ ਹੈ, ਰੱਬੀ ਜੋਤ ਜੋ ਸੰਤ ਰੂਪ ਹੈ, ਇਸ ਦੀ ਯਾਨੀ ਕਿ ਕਾਇਨਾਤ ਦੇ ਵਿੱਚ ਮਨੁੱਖ ਨੂੰ ਆਪੇ ਦੀ ਪੜਚੋਲ ਹੋ ਜਾਏ, ਮਨੁੱਖ ਨੂੰ ਆਪੇ ਦੀ ਸਮਝ ਹੋ ਜਾਏ, ਫਿਰ ਮਨੁੱਖ ਉਸ ਰੱਬ ਦੀ ਜੋਤ ਵਿੱਚ ਏਕਾਕਾਰ ਹੋ ਕੇ
ਰੱਬ ਵਰਗਾ ਹੀ ਹੋ ਜਾਏ, ਉਹਦਾ ਸੁਭਾਅ ਵੀ ਰੱਬ ਵਰਗਾ ਹੋ ਜਾਏ, ਉਹਦੀ ਜੀਵਨ ਦੀ ਜੁਗਤ ਅਤੇ ਕਰਮ ਵੀ ਰੱਬ ਦੀ ਜੋਤ ਨਾਲ ਇਕਮਿਕ ਹੋ ਜਾਣ, ਐਸੇ ਮਹਾਂਪੁਰਖਾਂ ਦੀ ਬਣਤਰ ਵਾਸਤੇ ਗੁਰਬਾਣੀ ਕਹਿੰਦੀ ਹੈ ਇਹ ਸ੍ਰਿਸ਼ਟੀ ਬਣੀ ਹੈ। ਇਹ ਮਾਤ ਲੋਕ ਯਾਨੀ ਮ੍ਰਿਤੂ ਮੰਡਲ ਧਰਤੀ ਦੀ ਰੱਬ ਜੀ ਨੇ ਸਾਜਨਾ ਕੀਤੀ ਹੈ। ਬਹੁਤ ਸਾਰੇ ਉਦਾਹਰਣ ਹਨ ਗੁਰਬਾਣੀ ਦੇ। ਐ ਮਨੁੱਖ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਮਨੁੱਖ ਆਇਆ ਦੁਨੀਆ 'ਤੇ ਕਿਉਂ ਹੈ, ਆਇਆ ਸਫਲਤਾ ਹੂੰ ਕਾ ਗਣੀਏ, ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੇ ਸਾਧੂ ਕੇ ਸੰਗੇ, ਅੰਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜੋ ਨਾਮੇ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਹਰ ਉਹ ਮਹਾਂਪੁਰਖ ਧੰਤਾ ਦੇ ਯੋਗ ਹੈ ਜਿਹੜਾ ਗੁਰਮਤਿ ਮਾਰਗ ਦਾ ਅਵਲੰਬੀ ਹੈ, ਅਤੇ ਇਹ ਗੁਰਮਤਿ ਮਾਰਗ 'ਤੇ ਚੱਲਣ ਦੀ ਜੀਵਨ ਜਾਚ ਸਾਨੂੰ ਸੰਤ ਕਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਵੱਡੇ ਭਾਗਾਂ ਨਾਲ ਕਿਸੇ ਵੇਲੇ ਪੁਰਖ ਨੂੰ ਮਿਲਦੀ ਹੈ। ਚਲੋ ਦਾਸ ਇਸ਼ਾਰਾ ਹੋ ਗਿਆ ਸੇਵਾ ਯਾਨੀ ਕਿ ਸਮਾਪਤੀ ਦਾ, ਪਰ ਮੈਂ ਬੇਨਤੀ ਕਰਾਂ, ਦਾਸ ਵੀ ਬਹੁਤ ਸਮਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨਾਲ ਰਹੇ ਹੈ, ਇੱਥੇ ਆਉਂਦੇ ਰਹੇ ਹਾਂ। ਤੋ ਇਹਨਾਂ ਮਹਾਂਪੁਰਖਾਂ ਦੀ ਪਵਿੱਤਰ ਜੀਵਨ ਦੀ ਜੁਗਤ ਵਿੱਚੋਂ ਦੇਖੋ ਕਿਤਨੇ ਬੱਚੇ ਕੀਰਤਨੀਏ ਸਿੰਘ ਬਣੇ, ਕਥਾਵਾਚਕ ਬਣੇ, ਗੁਰੂ ਮਾਰਗ 'ਤੇ ਤੁਰਨ ਲੱਗ ਪਏ, ਦੇਸ਼ ਵਿਦੇਸ਼ਾਂ ਦੇ ਵਿੱਚ ਸਤਿਗੁਰ ਦੇ ਸਥਾਨਾਂ 'ਤੇ ਇਹ ਬੱਚੇ ਨੌਜਵਾਨ ਸੇਵਾਪੰਥੀ ਮਹਾਂਪੁਰਖਾਂ ਦੇ ਤਿਆਰ ਕੀਤੇ ਸੇਵਾਵਾਂ ਨਿਭਾ ਰਹੇ ਹਨ। ਤੋ ਇਹ ਬੜਾ ਵੱਡਾ ਪਰਉਪਕਾਰ ਹੈ। ਮੈਂ ਇਹ ਬੇਨਤੀ ਕੀਤੀ ਹੈ, ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ। ਬਾਬਾ ਫਰੀਦ ਜੀ ਕਹਿੰਦੇ ਨੇ ਪੂਰੇ ਕਰਮਾਂ ਨਾਲ ਯਾਨੀ ਪੂਰੀ ਰੱਬ ਦੀ ਰਹਿਮਤ ਹੋਏ, ਰੱਬ ਦੀ ਪੂਰੀ ਮਿਹਰ ਹੋਏ, ਅਤੇ ਇਸ ਤਰ੍ਹਾਂ ਸੰਤਾਂ ਦਾ ਮਾਰਗ ਯਾਨੀ ਕਿ ਫਕੀਰਾਂ ਦੇ ਰਸਤੇ 'ਤੇ ਤੁਰਨਾ ਭਾਗਾਂ ਵਾਲੀ ਰੂਹ ਨੂੰ ਨਸੀਬ ਹੁੰਦਾ ਹੈ। ਤੋ ਜਿੱਥੇ ਮਹਾਂਪੁਰਖ ਇਹ ਸਾਰੇ ਸੇਵਾਵਾਂ ਪਰਉਪਕਾਰ ਕਰ ਰਹੇ ਹਨ, ਸ਼ਲਾਘਾਯੋਗ ਇਹਨਾਂ ਦੇ ਉੱਦਮ ਹਨ, ਧੰਤਾ ਦੇ ਯੋਗ ਹਨ। ਆਪ ਗੁਰੂ ਰੂਪ ਸੰਗਤ ਦਾ ਵੀ ਸਹਿਯੋਗ ਧੰਤਾ ਦੇ ਯੋਗ ਹੈ। ਤੋ ਇਤਨਾ ਕੁਛ ਕਹਿੰਦੇ ਹੋਏ ਤਹਿ ਦਿਲੋ ਸਭ ਦਾ ਧੰਨਵਾਦ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਭੁੱਲ ਚੁੱਕ ਦੀ ਮਾਫੀ ਜੀ। ਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।